ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਅਸੀਂ ਖੱਤੇ ਬਹੁਤ ਕਮਾਵਾਂਦੇ ਕਿਸੇ ਅੰਤ ਨਾ ਪਾਜਾਵਾ ਹਰ ਕਿਰਪਾ ਕਰਕੇ ਬਖਸ਼ ਲਿਹੋ ਵਾਹਿਗੁਰੂ ਜੀ ਬਖਸ਼ ਲਿਹੋ ਹਾਂ ਪਾਪੀ ਵੱਡ ਗੁਣ ਹੈਗਾ ਹਾਂ ਅਪਰਾਧੀ ਗੁਣ ਹੈਗਾ ਹਾਂ ਬੇਮੁਖ ਮੰਦਾ ਚੋਰ ਯਾਰ ਜਵਾਰ ਹਾਂ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ ਸਿਮਰ ਮਰੀ ਦਾ ਢੱਡੀਆ ਸਤਿਗੁਰ ਬਖਸ਼ੰਦਾ ਤੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਗੱਜ ਕੇ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਨਦਰ ਮਿਹਰ ਦੀ ਕਰਕੇ ਤੱਕੋ 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 ਗੁਨਾਹੀਆਂ ਨੂੰ ਨਜ਼ਰ ਮਿਹਰਦੀ ਕਰਕੇ ਤੱਕੋ ਗੁਨਾਹੀਆਂ ਨੂੰ ਨਜ਼ਰ ਮਿਹਰਦੀ ਕਰਕੇ ਤੱਕੋ ਗੁਨਾਹੀਆਂ ਨੂੰ ਹੁਣ ਤਾਂ ਰਸਤੇ ਪਾਦ ਭੁੱਲਿਆ ਰਾਈਆਂ ਨੂੰ ਹੁਣ ਤਾਂ ਰਸਤੇ ਪਾਦ ਭੁੱਲਿਆ ਰਾਈਆਂ ਨੂੰ ਗੁਰ ਪਿਆਰੇ ਮੇਰੀ ਰਿਗੜੀ ਸਵਾਰਦ ਸਤਿਗੁਰ ਪਿਆਰੇ ਮੇਰੀ ਰਿਗੜੀ ਸਵਾਰਦ ਸਤਿਗੁਰ ਪਿਆਰੇ ਮੇਰੀ ਰਿਗੜੀ ਸਵਾਰਦ ਸਤਿਗੁਰ ਪਿਆਰੇ ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਜਿਕਰ ਮੰਦ ਮਾਰੇ ਤੇਰੇ ਦਰ ਤੇ ਪੁਕਾਰ ਦੇ ਕਰਮੰਦ ਮਾਰੇ ਤੇਰੇ ਦਰ ਤੇ ਪੁਕਾਰ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਜੀ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਕਰਮਾਂ ਤੇਰੇ ਹੱਥ ਦੂਰ ਸਾਈਆਂ ਸਾਡਾ ਕੋਈ ਜੋਰ ਨਾ ਤੇਰੇ ਹੱਥ ਦੂਰ ਸਾਈਆਂ
ਸਾਡਾ ਕੋਈ ਜ਼ੋਰ ਨਾ ਵਜੋਂ ਦੁਖੀਆਂ ਰੱਬਾ ਕੋਈ ਹੋਰ ਤੇਰੇ ਵਜੋਂ ਦੁਖੀਆਂ ਰੱਬਾ ਕੋਈ ਹੋਰ ਤੇਰੇ ਹੱਥ ਵੇੜੀ ਵਾਹਿਗੁਰੂ ਤੇਰੇ ਹੱਥ ਵੇੜੀ ਤੇਰੇ ਹੱਥ ਵੇੜੀ ਸਾਈਆਂ ਡੋਬ ਭਾਵੇਂ ਤਾਰ ਦੇ ਕਰਮਾਂ ਦੇ ਮਾਰੇ ਤੇਰੇ ਡਰਦੇ ਤੁਕਾਰ ਮੇਰੀ ਚਿੰਦੜੀ ਤੇਰੀ ਮਿਹਰ ਸਹਾਰੇ ਪਾਰ ਬੇੜਾ ਮੇਰੀ ਚਿੰਦੜੀ ਤੇਰੇ ਵਿਛੜਿਆ ਮਰ ਜਾਵਾਨਾ ਵਿਛੋੜਦਾ ਪਿਆ ਤੇਰੇ ਵਿਛੜਿਆ ਮਰ ਜਾਵਾਨਾ ਵਿਛੋੜਦਾ ਪਿਆ ਤੇਰੇ ਵਿਛੜਿਆ ਮਰ ਜਾਵਾਨਾ ਵਿਛੋੜਦਾ ਪਿਆ ਤੇਰੇ ਵਿਛੜਿਆ ਮਰ ਪਾਣੀ
मेरे मन में एक न जानी, मेरे मन में एक न जानी। उलझी पई है तानी मेरी, उलझी पई है तानी तेरी लोड़ दाते, तेरे विछड़े मर जाइए नाम छोड़ दाते। सारे अखा बंद करके बैठो, सब चौंकड़े ला के सजो प्यारे हो। वाहगुरु 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 वाहगुरु। सारे हाजरी लगाओ, Bah, 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 bah,
patru 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 patru
ਨਾਹੀਂ ਦਾਤਾਰ। ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਸਤਿਸੰਗ ਜੀ ਰਚਨਾ ਸਫਲ ਕਰੋ, ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਭ ਦੇ ਭਾਗ ਸਵੱਲੇ ਨੇ, ਸਤਿਗੁਰ ਦੀ ਰਹਿਮਤ ਦਾ ਮੇਘ ਵਰਸ ਰਿਹਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਬੈਠਣ ਦਾ ਸਮਾਂ ਮਿਲਿਆ ਹੈ। ਇਕਾਗਰ ਚਿੱਤ ਹੋ ਕੇ ਬੈਠਣ ਦਾ ਯਤਨ ਕਰੀਏ। ਸਬੱਬ ਨਾਲ ਇੱਦਾਂ ਦੀਆਂ ਘੜੀਆਂ ਮਿਲਦੀਆਂ ਨੇ, ਪੂਰਾ ਪੂਰਾ ਲਾਭ ਪ੍ਰਾਪਤ ਕਰਨਾ ਚਾਹੀਦਾ। ਕੋਸ਼ਿਸ਼ ਕਰੀਏ ਮਨ ਇਕਾਗਰ ਹੋਵੇ, ਉੱਦਾਂ ਤਾਂ ਗੈਰ ਹਾਜ਼ਰੀਆਂ ਹਮੇਸ਼ਾ ਹੀ ਲੱਗਦੀਆਂ ਨੇ, ਪਰ ਹਾਜ਼ਰ ਹੋ ਕੇ ਤੇ ਗੈਰ ਹਾਜ਼ਰ ਨਾ ਹੋਈਏ। ਹਾਜ਼ਰ ਹੋ ਕੇ ਕਿਤੇ ਗੈਰ ਹਾਜ਼ਰੀ ਨਾ ਲੱਗ ਜਾਏ, ਤਨ ਇੱਥੇ ਬੈਠਾ ਮਨ ਕਿਤੇ ਹੋਰ ਹੀ ਫਿਰਦਾ ਰਹੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨਾ ਕੁ ਸਮਾਂ ਸੰਗਤ ਵਿੱਚ ਬਹੀਏ, ਉਨਾ ਸਮਾਂ ਹਰ ਗੱਲ ਵੱਲ ਧਿਆਨ ਦੇਈਏ, ਕੀਰਤਨ ਵੱਲ, ਕਥਾ ਵੱਲ। ਬੜਾ ਸੋਹਣਾ ਆਨੰਦ ਮਾਣਿਆ ਬਹਿ ਕੇ। ਮੈਂ ਵੀ ਕਾਫੀ ਚਿਰ ਤੋਂ ਆ ਗਿਆ ਸਾਂ ਸਟੇਜ 'ਤੇ, ਗੁਰੂ ਪਿਆਰਿਆਂ ਤੋਂ, ਗੁਰੂ ਸਵਾਰਿਆਂ ਤੋਂ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਵਾਰਿਆ ਹੋਇਆ ਹੈ, ਸਤਿਗੁਰੂ ਬਖਸ਼ਿਸ਼ਾਂ ਕਰਦੇ ਨੇ, ਧੁਰੋਂ ਥਾਪੜੇ ਮਿਲਦੇ ਨੇ, ਤਾਂ ਅੰਦਰ ਕਸ਼ਿਸ਼ ਪੈਦਾ ਹੁੰਦੀ ਹੈ। ਗਾਉਣਾ ਸਿੱਖਿਆ ਜਾ ਸਕਦਾ ਗੁਰਮੁਖੋ, ਕਥਾ ਸਿੱਖੀ ਜਾ ਸਕਦੀ ਹੈ, ਕੀਰਤਨ ਸਿੱਖਿਆ ਜਾ ਸਕਦਾ, ਵਾਜਾ ਸਿੱਖਿਆ ਜਾ ਸਕਦਾ ਹੈ, ਗੁਰਬਾਣੀ ਦੇ ਅਰਥ ਸਿੱਖੇ ਜਾ ਸਕਦੇ ਨੇ, ਪਰ ਕੁਦਰਤੀ ਬਖਸ਼ਿਸ਼ ਕਿਸੇ ਵਿਰਲੇ ਵਿਰਲੇ 'ਤੇ ਹੁੰਦੀ ਹੈ। ਗਿਆਨੀ ਦੁਨੀਆਂ 'ਚ ਬੜੇ ਨੇ, ਪਰ ਆਨੰਦ ਕੋਈ ਨਹੀਂ ਜੀਵਨ ਵਿੱਚ। ਕੀਰਤਨੀਏ ਬੜੇ ਨੇ, ਆਨੰਦ ਨਹੀਂ ਕੋਈ। ਇਹ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ, ਕਿਹਦੇ ਉੱਤੇ ਉਹਨੇ ਬਖਸ਼ਿਸ਼ ਕਰਨੀ ਹੈ, ਕਿਰਪਾ ਕਰਨੀ ਹੈ, ਅਤੇ ਸਾਡੇ ਸਾਰਿਆਂ 'ਤੇ ਹੀ ਮਿਹਰ ਹੈ। ਕਿਤੇ ਥੋੜ੍ਹੀ ਦੁਨੀਆ ਵੱਸਦੀ ਹੈ ਦਿੱਲੀ 'ਚ, ਬੜਿਆਂ ਨੂੰ ਪਤਾ ਵੀ ਦੀਵਾਨ ਲੱਗ ਰਹੇ ਨੇ, ਬੜਿਆਂ ਨੂੰ ਪਤਾ ਸਮਾਗਮ ਹੋ ਰਿਹਾ ਹੈ, ਪਰ ਆਏ ਉਹੀ ਨੇ ਜਿਨ੍ਹਾਂ ਦੇ ਭਾਗਾਂ ਵਿੱਚ ਧੁਰੋਂ ਲਿਖਿਆ। ਸਾਡਾ ਕੋਈ ਚੰਗਾ ਕਰਮ ਸੀ, ਪੁਰਬਲਾ ਕਰਮ ਸੀ, ਸਾਡਾ ਜਾਗਿਆ, ਸੰਗਤ ਵਿੱਚ ਬੈਠੇ ਹਾਂ, ਸਤਿਗੁਰੂ ਦੀ ਕਿਰਪਾ ਹੈ। ਸੱਚੇ ਪਾਤਸ਼ਾਹ ਆਏ ਨੇ, ਰੌਣਕਾਂ ਲੱਗੀਆਂ ਨੇ। ਆਓ ਪਿਆਰਿਓ, ਕੁਝ ਸਮਾਂ ਪਿਆਰ ਵਾਲਿਆਂ ਦੀ ਬਾਤ ਕਰੀਏ, ਪਿਆਰ ਵਾਲਿਆਂ ਦੀ ਗੱਲ ਕਰੀਏ। ਆਪਾਂ ਕਹਿ ਰਹੇ ਸਾਂ ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ, ਨਾ ਤੂੰ ਭੁੱਲੀ ਨਾ ਭੁਲਾਵੀਂ। ਹਮੇਸ਼ਾ ਯਾਦ ਰੱਖੀਏ, ਹਮੇਸ਼ਾ ਜੁੜੇ ਰਹੀਏ। ਜਿੱਦਣ ਉਹਨੇ ਭੁਲਾ ਤਾਂ ਸਾਡੀ ਕੱਖ ਕੀਮਤ ਨਹੀਂ ਰਹਿਣੀ ਇੱਥੇ, ਉਹਦੀ ਨਜ਼ਰ ਹੈ ਬਸ, ਉਹਦੀ ਕਿਰਪਾ ਨਾਲ ਸਾਹ ਚੱਲਦੇ ਨੇ। ਤਾਂ ਹੀ ਭੱਜੇ ਫਿਰਦੇ ਹਾਂ, ਕਮਾਈਆਂ ਕਰਨੇ ਹਾਂ, ਤਿਜੋਰੀ ਭਰ ਕੇ ਕਹਿੰਦੇ ਹਾਂ ਮੈਂ ਕਮਾਇਆ ਹੈ, ਉਹ ਤੈਨੂੰ ਸਾਹ ਨਾ ਦਿੰਦਾ ਤੂੰ ਕੀ ਕਰ ਲੈਂਦਾ। ਜਿੱਦਣ ਉਹਨੇ ਆਪਣੀ ਪਾਵਰ ਖਿੱਚ ਲਈ ਨਾ, ਜਿੱਦਣ ਸਵਾਸਾਂ ਰੂਪੀ ਪੂੰਜੀ ਖਤਮ ਹੋ ਗਈ ਗੁਰਮੁਖੋ, ਜਿੱਦਣ ਨਿਬੜ ਗਿਆ ਕੰਮ, ਉੱਦਣ ਫਿਰ ਇੱਕ ਪਾਣੀ ਦਾ ਚਮਚਾ ਵੀ ਅੰਦਰ ਨਹੀਂ ਲੰਘਣਾ। ਸ਼ਮਸ਼ਾਨ ਘਾਟ ਤੱਕ ਵੀ ਚਾਰ ਜਣੇ ਚੁੱਕ ਕੇ ਲੈ ਕੇ ਜਾਣਗੇ, ਉੱਥੋਂ ਤੱਕ ਵੀ ਨਹੀਂ ਜਾ ਸਕਦੇ। ਇਹ ਉਹਦੀ ਦਿੱਤੀ ਪਾਵਰ ਹੈ, ਉਸੇ ਦੀ ਬਖਸ਼ਿਸ਼। ਅਸੀਂ ਕਹਿੰਦੇ ਹਾਂ ਮੈਂ ਬਣਾ ਲਿਆ ਕੁਛ, ਮੈਂ ਕਮਾ ਲਿਆ, ਇਹ ਮੇਰੀ ਕਮਾਈ ਹੈ, ਨਹੀਂ, ਇਹ ਸਾਰਾ ਕੁਛ ਹੀ ਉਸੇ ਦਾ। ਦੋ ਭਰਾ ਨੇ, ਇੱਕ ਚੜ੍ਹਾਈ ਕਰ ਗਿਆ, ਉਹਦੇ ਬੱਚੇ ਅਨਾਥ ਨੇ, ਤੂੰ ਜੇ ਤੁਰਿਆ ਫਿਰਨਾ, ਤੂੰ ਘਰ ਬਣਾ ਲਿਆ, ਤੂੰ ਕੋਠੀ ਬਣਾ ਲਈ ਹੈ, ਉਹਦੇ ਦਿੱਤੇ ਸਵਾਸਾਂ ਦੀ ਬਦੌਲਤ ਹੈ। ਤੇ ਮੈਂ ਹਮੇਸ਼ਾ ਅਰਜ ਆਪ ਜੀ ਦੇ ਚਰਨਾਂ 'ਚ ਕੀਤੀ ਹੈ, ਰੋਜ਼ ਗੁਰਦੁਆਰੇ ਜਾਂਦੇ ਹਾਂ, ਕਦੇ ਸ਼ੁਕਰਾਨਾ ਕਰਨ ਵੀ ਜਾਈਏ, ਵੀ ਕੱਲ੍ਹ ਆਇਆ ਸਾਂ, ਅੱਜ ਫਿਰ ਜੇ ਮੈਨੂੰ ਜਿਉਂਦਾ ਰੱਖਿਆ, 24 ਘੰਟੇ 24,000 ਸਵਾਸ ਤੁਸੀਂ ਦਿੱਤਾ, ਤੁਹਾਡਾ ਧੰਨਵਾਦ, ਸ਼ੁਕਰਾਨਾ। ਇੱਕ ਸਵਾਸ ਦੀ ਕੀਮਤ ਸਾਰੀ ਦਿੱਲੀ ਦੀ ਮਾਇਆ ਇਕੱਠੀ ਕਰਕੇ ਦੇ ਦਿਓ ਤਾਂ ਵੀ ਨਹੀਂ ਪੈਣੀ, ਸਾਰੀ ਦੁਨੀਆਂ ਦੀ ਮਾਇਆ ਇੱਕ ਪਾਸੇ,
ਇੱਕ ਸਵਾਸ ਇੱਕ ਪਾਸੇ ਇਹ ਐਡੇ ਮਹਿੰਗੇ ਨੇ ਸਾਨੂੰ 24,000 ਰੋਜ਼ ਮਿਲਦਾ ਹੈ 24,000 ਸਵਾਸ ਤੇ ਸਾਡਾ ਫਰਜ਼ ਬਣਦਾ ਹੈ ਕਿ ਸਵਾਸਾਂ ਦਾ ਵੀ ਦਸਵੰਧ ਕੱਢਿਆ ਕਰੀਏ ਪਰ ਹਾਲ ਕੀ ਹੈ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ ਬਾਬਾ ਫਰੀਦ ਸਾਹਿਬ ਕਹਿੰਦੇ ਚਾਰ ਪੈਰ ਹੰਡਾ ਹੰਡਾਉਂਦਿਆਂ ਤੁਰਦਿਆਂ ਫਿਰਦਿਆਂ ਕੰਮ ਕਰਦਿਆਂ ਲੰਘਾ ਲੈਂਦੇ ਹਾਂ ਚਾਰ ਪੈਰ ਸੌਂ ਕੇ ਲੰਘਾ ਲੈਂਦੇ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇਹ ਮਨੁਸ਼ ਤਨ ਇਸ ਵਾਸਤੇ ਨਹੀਂ ਮਿਲਿਆ ਵੀ ਮੋਟਰਸਾਈਕਲ ਤੇ ਗੇੜੀਆਂ ਦੇਈ ਜਾਓ ਗਲੀਆਂ ਵਿੱਚ ਫਿਰਦੇ ਰਹੋ ਕਦੇ ਇੱਧਰ ਨੂੰ ਹਾਰਨ ਵਜਾਉਂਦੇ ਤੁਰਫੋ ਕਦੇ ਇੱਧਰ ਨੂੰ ਭਜਾਈ ਫਿਰੋ ਐਸ਼ ਕਰੋ ਮਾਤਾ ਪਿਤਾ ਨੇ ਪੈਸਾ ਦਿੱਤਾ ਹੈ ਮੋਟਰਸਾਈਕਲ ਲੈ ਦਿੱਤਾ ਤੇ ਤੁਰੇ ਫਿਰੋ ਗੇੜੀਆਂ ਮਾਰਦੇ ਇਸ ਵਾਸਤੇ ਹੀ ਨਹੀਂ ਮਿਲਿਆ ਇੱਕ ਦਿਨ ਇਸ ਸਰੀਰ ਤੇ ਬੁਢੇਪਾ ਆਉਣਾ ਹੈ ਇੱਕ ਦਿਨ ਜਰ ਲੱਗਣੀ ਹੈ ਸਾਨੂੰ ਸਾਰਿਆਂ ਨੂੰ ਲੋਹਾ ਤੇ ਕਈ ਕੰਪਨੀਆਂ ਨੇ ਇਦਾਂ ਦਾ ਕੱਢ ਦਿੱਤਾ ਜਿਹੜਾ ਜਿਹਨੂੰ ਜਰ ਨਹੀਂ ਲੱਗਦੀ ਹਜ਼ਾਰਾਂ ਸਾਲਾਂ ਦੀ ਗਰੰਟੀ ਦੀ ਗੱਲ ਕਰਦੇ ਨੇ ਵੀ ਹਜ਼ਾਰਾਂ ਸਾਲ ਇਹ ਸਰੀਏ ਨੂੰ ਜਰ ਨਹੀਂ ਲੱਗੇਗੀ ਇਹੋ ਜਿਹੀਆਂ ਕੰਪਨੀਆਂ ਤੇ ਬਣ ਗਈਆਂ ਨੇ ਪਰ ਆ ਸਰੀਰ ਜਰ ਤੋਂ ਨਹੀਂ ਬਚਣਾ ਆਖੋ ਸਤਨਾਮ ਗੁਰਮੁਖੋ ਗੱਜ ਕੇ ਆਖੋ ਸਤਨਾਮ ਇਹਨੂੰ ਜਰ ਲੱਗਣੀ ਹੀ ਲੱਗਣੀ ਭਾਈ ਇਹ ਨਹੀਂ ਬਚਣਾ ਆਪਾਂ ਪੜ੍ਹਦੇ ਨਹੀਂ ਰੋਜ਼ ਜਰ ਆਈ ਜੋਬਨ ਹਾਰਿਆ ਕਈ ਬੰਦੇ ਕਹਿੰਦੇ ਨੇ ਮੇਰਾ ਤੇ ਕਦੇ ਸਿਰ ਨਹੀਂ ਦੁਖਿਆ ਮੇਰੀਆਂ ਨਹੀਂ ਕਦੇ ਲੱਤਾਂ ਦੁਖੀਆਂ ਲੋਕ ਕਹਿਣਗੇ ਮੈਂ ਬਿਮਾਰ ਹੋ ਜਾਂਦਾ ਮੈਨੂੰ ਇੱਦਾਂ ਆਪਾਂ ਨੂੰ ਤੇ ਕਦੀ ਕੁਛ ਨਹੀਂ ਹੋਇਆ ਚੌੜੇ ਹੋਏ ਫਿਰਦੇ ਸਦਾ ਬਚਿਆ ਰਹੇਗਾ ਬੁਢੇਪੇ ਰੂਪੀ ਬਿਮਾਰੀ ਤੋਂ ਨਹੀਂ ਬਚ ਸਕਦਾ ਭਾਈ ਕੋਈ ਵੀ ਜਦੋਂ ਜਰ ਆ ਗਈ ਨਾ ਜਦੋਂ ਸਰੀਏ ਨੂੰ ਜਰ ਲੱਗ ਜਾਏ ਸਿਮੈਂਟ ਜੁਦਾ ਹੋ ਜਾਂਦਾ ਹੈ ਸਰੀਆ ਜੁਦਾ ਹੋ ਜਾਂਦਾ ਹੈ ਜਿੱਦਣ ਸਰੀਰ ਨੂੰ ਜਰ ਲੱਗਣੀ ਹੈ ਹੱਡੀਆਂ ਜੁਦਾ ਹੋ ਜਾਣਗੀਆਂ ਮਾਸ ਜੁਦਾ ਹੋ ਜਾਏਗਾ ਵੇਖੋ ਜਿਨ੍ਹਾਂ ਨੂੰ ਜਰ ਲੱਗ ਗਈ ਹੈ ਬਜ਼ੁਰਗ ਹੋ ਗਏ ਨੇ ਜਿਹੜੇ ਸੱਠੀ ਕੇ ਬੁਢੇਪਾ ਆਵੇ ਮਰਜ ਕਹਿੰਦੇ ਨੇ 60 ਸਾਲ ਦਾ ਬਜ਼ੁਰਗ ਹੋ ਜਾਂਦਾ ਹੈ 60 ਸਾਲ ਤੋਂ ਬਾਅਦ ਹੱਡੀਆਂ ਮਾਸ ਛੱਡ ਦਿੰਦੀਆਂ ਨੇ ਜਿਵੇਂ ਮਾਸ ਸੀਮਿੰਟ ਤੇ ਸਰੀਆ ਜੁਦਾ ਜੁਦਾ ਹੋ ਜਾਂਦਾ ਨਾ ਆ ਸਾਡਾ ਸਰੀਰ ਵੀ ਹੋ ਜਾਣਾ ਜਿਹੜਾ ਕਸਿਆ ਕਸਿਆ ਮਾਸ ਹੈ ਨਾ ਇਹ ਢਿੱਲਾ ਪੈਣ ਲੱਗ ਜਾਣਾ ਇਹ ਜਿਹੜਾ ਮਾਸ ਹੈ ਇਹਨਾਂ ਨੂੰ ਹੱਡੀਆਂ ਨੇ ਮਾਸ ਨੂੰ ਛੱਡ ਦੇਣਾ ਹੈ ਜਦੋਂ ਜਰ ਆ ਗਈ ਫਿਰ ਹਾਰਨਾ ਪੈਣਾ ਹੈ ਦੁਨੀਆਂ 'ਚ ਵੱਡੇ ਵੱਡੇ ਪਹਿਲਵਾਨ ਹੋਏ ਨੇ ਜਿਹੜੇ ਕਹਿੰਦੇ ਨੇ ਅਸੀਂ ਕਿਸੇ ਤੋਂ ਹਾਰਦੇ ਹੀ ਨਹੀਂ ਪਰ ਜਦੋਂ ਬੁਢੇਪਾ ਆ ਜਾਂਦਾ ਇਹਦੇ ਅੱਗੇ ਉਹਨਾਂ ਨੂੰ ਵੀ ਹਾਰਨਾ ਪੈਂਦਾ ਹਾਰ ਜਾਂਦੇ ਨੇ ਬਲ ਖਤਮ ਹੋ ਜਾਂਦਾ ਕਿੰਨਾ ਕੁ ਚਿਰ ਮੋਟਰਸਾਈਕਲ ਭਜਾਉਂਦੇ ਰਹਿਣਾ ਹੈ ਕਿੰਨਾ ਕੁ ਚਿਰ ਗੇੜੀਆਂ ਦਿੰਦੇ ਰਹਾਂਗੇ ਗਲੀਆਂ 'ਚ ਸਦਾ ਨਹੀਂ ਨਿਮਰਤਾ ਧਾਰ ਕੇ ਨਿਮਾਣੇ ਬਣ ਕੇ ਫਿਰੀਏ ਨੀਵੇਂ ਹੋ ਕੇ ਤੁਰੀਏ ਦੁਨੀਆਂ 'ਚ ਮਹਾਰਾਜ ਬਖਸ਼ਿਸ਼ ਕਰਨ ਵੱਡੇ ਹੋ ਜਾਈਏ ਪੈਸਾ ਹੋਵੇ ਮਾੜੀ ਗੱਲ ਨਹੀਂ ਗੱਡੀਆਂ ਹੋਣ ਮਾੜੀ ਗੱਲ ਨਹੀਂ ਇਹ ਸਭ ਕੁਝ ਚਾਹੀਦਾ ਹੈ ਜਿਹਨੂੰ ਰੱਬ ਨੇ ਦਿੱਤਾ ਵੱਡੀਆਂ ਵੱਡੀਆਂ ਕੋਠੀਆਂ ਬੰਗਲੇ ਬਣਾਓ ਫਾਰਮ ਹਾਊਸ ਬਣਾ ਲਓ ਵੱਡੀਆਂ ਵੱਡੀਆਂ ਗੱਡੀਆਂ ਲੈ ਲਓ ਮਾੜੀ ਗੱਲ ਕੋਈ ਵੀ ਨਹੀਂ ਪਰ ਮਾਣ ਨਾ ਕਰੀਏ ਵੀ ਮੈਂ ਬੜਾ ਵੱਡਾ ਬਣ ਗਿਆ ਲੋਕਾਂ ਤੇ ਐਵੇਂ ਹਵਾ ਨਾ ਕਰਦੇ ਫਿਰੀਏ ਐਵੇਂ ਚੌੜੇ ਹੋਏ ਨਾ ਫਿਰੀਏ ਕੋਈ ਪਤਾ ਨਹੀਂ ਕਿਹੜੇ ਵੇਲੇ ਕਾਲ ਰੂਪੀ ਫਰਿਸ਼ਤੇ ਨੇ ਆ ਕੇ ਝਪਟ ਮਾਰ ਲੈਣੀ ਕਿਧਰੇ ਹੀ ਨਿਕਲ ਜਾਣੀ ਸਾਰਾ ਕੁਛ ਇੱਥੇ ਹੀ ਰਹਿਣਾ ਗੱਜ ਕੇ ਬੋਲਿਆ ਕਰੋ ਸਾਰੇ ਕਿਉਂਕਿ ਮਨ ਕੁਝ ਵੈਰਾਗ ਵਿੱਚ ਆ ਗਿਆ ਉਹ ਮੈਂ ਕੀਰਤਨ ਸੁਣਦਾ ਸਾਂ ਨਾ ਜਦੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਜਿਵੇਂ ਝੜੀ ਲੱਗ ਜਾਂਦੀ ਹੈ ਨਾ ਇੱਦਾਂ ਅੱਖਾਂ 'ਚੋਂ ਪਾਣੀ ਚੱਲ ਰਿਹਾ ਸੀ ਜਦੋਂ ਮੈਂ ਕੀਰਤਨ ਸੁਣਦਾ ਸਾਂ ਤੇ ਆਓ ਪਿਆਰ ਵਿੱਚ ਭਿੱਜ ਕੇ ਬੋਲੋ ਸਾਰੇ ਐਵੇਂ ਨਾ ਮਾਨ ਕਰੀ ਸਦਾ ਨਹੀਂ
सदा नहीं जग रहना, वो सदा नहीं जग रहना, सदा नहीं हो जग रहना प्यारे, सदा नहीं जग रहना, सदा नहीं जग रहना, दरिये करतार तो उच्चे न बोल बोलिए, दरिये करतार तो उच्चे न बोल बोलिए, दरिये करतार तो उच्चे न बोल बोलिए, दरिये करतार तो करते दर्योदन से पाई, बारह जोजन छत्र चले था देही गिर जनक आई। बड़े आए ने मान करन वाले बाबा फरीद साहब कहिंदे ने, एक वेशवा ओदे वास्ते ओदी गोली कज्जल लेके आई, ओ जदों अखां विच पाया ते ओ पीसन वेले थोड़ा जा मोटा रह गया, चंगी तरह पीसिया ना गया, बारीक ना होया। जदों उस वेशवा ने कज्जल अखां विच पाया ना, कहिंदे ने कुछ कतरे पानी दे अखां चों डिगे। उहने वेशवा ने गोली नूं कुटना शुरू कर दिता, बड़ा मारिया बड़ा कुटिया। ਉਹ ਰੋਂਦੀ ਹੈ, ਕਹਿਣ ਲੱਗੀ ਤੂੰ ਕੱਜਲ ਚੰਗੀ ਤਰ੍ਹਾਂ ਪੀਸ ਕੇ ਕਿਉਂ ਨਹੀਂ ਲੈ ਕੇ ਆਈ, ਮੇਰੀਆਂ ਅੱਖਾਂ ਵਿੱਚੋਂ ਪਾਣੀ ਨਿਕਲਿਆ ਹੈ, ਕਿਉਂਕਿ ਕੱਜਲ ਮੋਟਾ ਲੈ ਕੇ ਆਈ ਪੀ ਕੇ। ਤੇ ਗੁਰਮੁਖੋ ਬਾਬਾ ਫਰੀਦ ਸਾਹਿਬ ਵੇਖ ਰਹੇ ਸਨ। ਫਿਰ ਸਮਾਂ ਆਇਆ, ਪੈਸਾ ਚਲਿਆ ਗਿਆ, ਨਾ ਮੁਰਾਦ ਭੈੜੀ ਬਿਮਾਰੀ ਉਸ ਵੇਸ਼ਵਾ ਨੂੰ ਹੋ ਗਈ। ਬੜਾ ਹੰਕਾਰ ਕਰਦੀ ਸੀ ਨਾ ਪੈਸੇ ਦਾ, ਮਾਨ ਕਰਦੀ ਸੀ ਵੀ ਪੈਸਾ ਬੜਾ ਹੈ ਮਾਇਆ ਬੜੀ ਹੈ। ਪਰ ਆ ਇੱਕ ਲਾਈਨ ਪੜ੍ਹ ਲਓ, ਇਹਦਾ ਮਾਨ ਨਹੀਂ ਕਰਨਾ ਚਾਹੀਦਾ। ਮਾਨ ਮਾਇਆ ਦਾ ਕਰੇ ਨਾ ਜੀ ਕੋਈ, ਬੱਦਲਾਂ ਦੀ ਛਾਂ ਵਰਗੀ ਹੁੰਦੀ ਹੈ ਮਾਇਆ। ਬੱਦਲਾਂ ਦੀ ਛਾਂ ਥੱਲੇ ਕੀ ਮੰਜੀ ਡਾ ਕੇ ਬਹਿ ਜਾਓਗੇ ਵੀ ਬਸ ਛਾਂ ਆ ਗਈ, ਕੋਈ ਪਤਾ ਨਹੀਂ ਕਦੋਂ ਹਵਾ ਦਾ ਬੁੱਲਾ ਆਉਣਾ ਤੇ ਉਹ ਗਏ ਬੱਦਲ, ਪਤਾ ਲੱਗਣਾ। ਬੜੇ ਵੇਖੇ ਹੋਣਗੇ ਰਾਜੇ ਭਿਖਾਰੀ ਬਣਦੇ, ਬੜੇ ਭਿਖਾਰੀ ਰਾਜੇ ਬਣਦੇ ਵੇਖੇ ਹੋਣਗੇ। ਤੁਹਾਡੇ ਦਿੱਲੀ ਚ ਤੇ ਇਹੋ ਜਿਹਾ ਬੜਾ ਕੁਝ ਵਰਤਦਾ ਹੈ, ਛੱਪਰੀਆਂ ਚ ਰਹਿਣ ਵਾਲੇ ਅੱਜ ਮਹਿਲਾਂ ਚ ਰਹਿੰਦੇ ਨੇ, ਕਈ ਵੱਡੀਆਂ ਵੱਡੀਆਂ ਫੈਕਟਰੀਆਂ ਵਾਲੇ ਰੁਲਦੇ ਫਿਰਦੇ ਨੇ, ਬੜਾ ਕੁਝ ਵੇਖਦੇ ਹੋ ਤੁਸੀਂ ਇੱਥੇ। ਸਾਡੇ ਪੰਜਾਬ ਤੇ ਜ਼ਿਮੀਂਦਾਰ ਆ, ਉੱਥੇ ਤੇ ਫਸਲ ਹੋ ਗਈ ਨਾ ਹੋਈ ਇੱਦਾਂ ਦਾ ਕੁਝ ਘੱਟ ਵੇਖਣ ਨੂੰ ਮਿਲਦਾ, ਤੁਹਾਡੇ ਤੇ ਅੱਖਾਂ ਸਾਹਮਣੇ ਰੋਜ਼ ਵਹਿੰਦੇ ਹੋ। ਮਾਨ ਮਾਇਆ ਦਾ ਕਰੇ ਨਾ ਜੀ ਕੋਈ, ਛਾਇਆ ਇਹ ਬਦਲਾ
ਭੱਜ ਕੇ ਕੌਰੂ ਬਾਦਸ਼ਾਹ ਨੇ 40 ਗੰਜ ਮਾਇਆ ਦੇ ਜੋੜੇ ਸਨ ਕਿੱਧਰ ਗਏ ਜੋੜੇ ਗੰਜ ਨਾ ਕਿਸੇ ਕੰਮ ਆਏ ਰਹਿ ਗਈ ਇੱਥੇ ਹੀ ਖਾਲੀ ਹੱਥੀ ਕਾਰੂ ਚੱਲੇ ਜੋੜੇ ਗੰਜ ਨਾ ਕਿਸੇ ਕੰਮ ਆਏ ਖਾਲੀ ਹੱਥੀ ਕਾਰੂ ਚੱਲੇ ਗੱਜ ਕੇ ਭੈਣੋ ਮਾਨ ਮਾਇਆ ਦਾ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝਿਆ ਕੋਏ ਮਾਨ ਕਾਹਦਾ ਮਾਇਆ ਦਾ ਕਾਹਦਾ ਮਾਨ ਹੈ ਮੇਰਾ ਘਰ ਹੈ ਮੇਰਾ ਪਰਿਵਾਰ ਹੈ ਮੇਰੇ ਬੱਚੇ ਨੇ ਮੈਂ ਅਰਜ ਕਰਦਾ ਹੁੰਦਾ ਜਿੱਦਣ ਜੰਮੇ ਸਾਂ ਮਾਂ ਦਾ ਖਿਆਲ ਨਹੀਂ ਆਇਆ ਪਿਓ ਦਾ ਖਿਆਲ ਨਹੀਂ ਆਇਆ ਸਭ ਤੋਂ ਪਹਿਲਾਂ ਖਿਆਲ ਸਾਨੂੰ ਸਰੀਰ ਦਾ ਆਇਆ ਅਸੀਂ ਰੋਏ ਸਾਨੂੰ ਭੁੱਖ ਲੱਗੀ ਅਸੀਂ ਸਭ ਤੋਂ ਪਹਿਲਾਂ ਰੋਏ ਸਾਂ ਦੁੱਧ ਦੀ ਭੁੱਖ ਲੱਗੀ ਸੀ ਇਸ ਕਰਕੇ ਮਾਂ ਨੇ ਦੁੱਧ ਪਿਆਇਆ ਚੁੱਪ ਕਰ ਗਏ ਸਭ ਤੋਂ ਪਹਿਲਾਂ ਜੇ ਖਿਆਲ ਆਇਆ ਤੇ ਸਰੀਰ ਦਾ ਆਇਆ ਇਹ ਸਰੀਰ ਨੂੰ ਕਿੰਨਾ ਸਾਂਭ ਸਾਂਭ ਰੱਖਣੇ ਆ ਕਿੰਨਾ ਇਹਦੀ ਸਫਾਈ ਰੱਖਣੇ ਆ ਮਾਤਾ ਨਾਲ ਪਿਆਰ ਕਰਨੇ ਆ ਮਾਂ ਤੂੰ ਹੀ ਹੈ ਮੇਰੀ ਜਾਨ ਬਸ ਕਿਉਂ ਕਿਉਂਕਿ ਮਾਂ ਤੋਂ ਬਿਨਾਂ ਸਰਦਾ ਨਹੀਂ ਮਾਂ ਸਫਾਈ ਕਰਦੀ ਹੈ ਮਾਂ ਨਵਾਉਂਦੀ ਹੈ ਉਦੋਂ ਮਾਂ ਨਾਲ ਪਿਆਰ ਹੈ ਜਦੋਂ ਇਹ ਸਰੀਰ ਨੂੰ ਘਰ ਵਾਲੀ ਸਾਂਭਣ ਵਾਸਤੇ ਆ ਜਾਂਦੀ ਫਿਰ ਘਰ ਵਾਲੀ ਨੂੰ ਕਹਿੰਦਾ ਤੂੰ ਮੇਰੀ ਜਾਨ ਹੈ ਫਿਰ ਉਹਦੇ ਨਾਲ ਪ੍ਰੇਮ ਕਰਨ ਲੱਗ ਜਾਂਦਾ ਪਹਿਲਾਂ ਮਾਂ ਨਾਲ ਫਿਰ ਘਰ ਵਾਲੀ ਨਾਲ ਜਦੋਂ ਫਿਰ ਬੱਚਾ ਹੋ ਜਾਂਦਾ ਹੈ ਫਿਰ ਉਹਨੂੰ ਕਹਿੰਦਾ ਤੂੰ ਮੇਰੀ ਜਾਨ ਹੈ ਕਿਉਂਕਿ ਉਹ ਸਰੀਰ ਨੂੰ ਸਾਂਭੇਗਾ ਫਿਰ ਪੋਤਰੇ ਹੋਣਗੇ ਕਹੇਗਾ ਤੂੰ ਮੇਰੀ ਜਾਨ ਇਹ ਵੇਖੋ ਬਦਲਦਾ ਹੈ ਬੰਦਾ ਜਦੋਂ ਜਦੋਂ ਜਿਹਦੀ ਜਿਹਦੀ ਲੋੜ ਪੈਂਦੀ ਹੈ ਉਹਦੇ ਨਾਲ ਪ੍ਰੇਮ ਕਰਦਾ ਹੈ ਪਖੰਡ ਹੈ ਪ੍ਰੇਮ ਕਾਹਦਾ ਹੈ ਮੈਂ ਅਰਜ ਕਰਦਾ ਹੁੰਦਾ ਹੈ ਅਸੀਂ ਪ੍ਰੇਮ ਆਪਣੇ ਆਪ ਨਾਲ ਹੀ ਕਰਨੇ ਆ ਇਹ ਦਿਖਾਵਾ ਹੈ ਵੀ ਮੇਰਾ ਮੇਰੇ ਪੁੱਤ ਨਾਲ ਪ੍ਰੇਮ ਹੈ ਮੇਰਾ ਮੇਰੇ ਧੀ ਨਾਲ ਪ੍ਰੇਮ ਹੈ ਜਿਹੜਾ ਪੁੱਤਰ ਤੈਨੂੰ ਨਾ ਸਾਂਭੇ ਉਹਨੂੰ ਬੇਦਖਲ ਕਿਉਂ ਕਰ ਦਿੰਦਾ ਫਿਰ ਜਿਹੜਾ ਪੁੱਤਰ ਤੇਰੇ ਆਖੇ ਨਾ ਲੱਗੇ ਉਹ ਤੈਨੂੰ ਚੰਗਾ ਨਹੀਂ ਲੱਗਦਾ ਪਿਆਰ ਤੇ ਆਪਣੇ ਆਪ ਨਾਲ ਹੀ ਹੈ ਜਿਹੜਾ ਇਹਨੂੰ ਸਾਂਭੇਗਾ ਉਹ ਪਿਆਰਾ ਹੈ ਜਿਹੜਾ ਨਹੀਂ ਸਾਂਭਦਾ ਉਹ ਨਕਾਰਾ ਹੈ ਤੇ ਪਿਆਰ ਤੇ ਆਪਣੇ ਆਪ ਨਾਲ ਹੀ ਹੈ ਸਾਡਾ ਜਿਹੜਾ ਸੁੱਖ ਦਏਗਾ ਉਹ ਪਿਆਰਾ ਹੈ ਇਹ ਸਰੀਰ ਨਾਲ ਪਿਆਰ ਹੈ ਸਾਡਾ ਤੇ ਧਿਆਨ ਦੇਣਾ ਗੁਰਮੁਖੋ ਇਹਨੂੰ ਕਿੰਨਾ ਸਾਂਭਿਆ ਵਿਆਹ ਹੋਇਆ ਬੱਚੇ ਹੋਏ ਪਰਿਵਾਰ ਹੋ ਗਿਆ ਇਹਨੂੰ ਸਾਂਭ ਸਾਂਭ ਰੱਖਿਆ ਪੜ੍ਹਾਈ ਕੀਤੀ ਇਹਦੇ ਵਾਸਤੇ ਘਰ ਬਣਾਏ ਕਿੰਨੇ ਸੁੱਖ ਸਹੂਲਤਾਂ ਮਿਲੀਆਂ ਪਰ ਗੁਰਮੁਖੋ ਇਹ ਸਾਡਾ ਬਣੇਗਾ ਇਸ ਗੱਲ ਦੀ ਗਰੰਟੀ ਹੈ ਕੋਈ ਬੰਦਾ ਬਾਂਹ ਖੜੀ ਕਰਕੇ ਕਹਿ ਸਕਦਾ ਵੀ ਇਹ ਸਰੀਰ ਮੈਨੂੰ ਧੋਖਾ ਨਹੀਂ ਦੇਗਾ ਨਹੀਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਯਾਰਾ ਛੱਡ ਤੇ ਨਹੀਂ ਜਾਏਗਾ ਕਿਤੇ ਮੈਨੂੰ ਧੋਖਾ ਤੇ ਨਹੀਂ ਦੇ ਜਾਏਗਾ ਪਰ ਆ ਧੋਖੇਬਾਜ਼ ਤੇ ਸਭ ਤੋਂ ਵੱਡਾ ਹੈ ਜਿਹਨੂੰ ਚੁੱਕੀ ਫਿਰਨੇ ਆ ਹਰ ਵੇਲੇ ਜਿਹਨੂੰ ਸਾਂਭ ਸਾਂਭ ਰੱਖਣੇ ਆ ਅੱਖਾਂ ਧੋਖਾ ਹੀ ਦੇ ਰਹੀਆਂ ਨੇ ਚਸ਼ਮੇ ਲੱਗ ਗਏ ਨੇ ਘੱਟ ਦਿਸਣ ਲੱਗ ਗਿਆ ਦੰਦ ਧੋਖਾ ਦੇ ਗਏ ਨੇ ਕਈਆਂ ਦੇ ਨਕਲੀ ਲੱਗੇ ਹੋਏ ਨੇ ਧੋਖਾ ਦੇ ਗਏ ਨੇ ਨਾ ਗੁਰਮੁਖੋ ਬਾਹਾਂ ਧੋਖਾ ਦੇ ਰਹੀਆਂ ਨੇ ਲੱਤਾਂ ਕੰਬ ਰਹੀਆਂ ਨੇ ਤਾਕਤ ਘੱਟ ਰਹੀ ਹੈ ਧੋਖਾ ਦੇ ਰਿਹਾ ਨਾ ਸਰੀਰ ਕਈਆਂ ਨੂੰ ਦਰੰਗ ਹੋਇਆ ਪਿਆ ਉਹ ਆ ਏਡਾ ਵੱਡਾ ਜਿਹਨੂੰ ਸਾਂਭ ਸਾਂਭ ਰੱਖਿਆ
ਇਹ ਬੜਾ ਵੱਡਾ ਧੋਖੇਬਾਜ਼ ਹੈ, ਭਰੋਸਾ ਤੇ ਇਹਦੇ ਤੱਕ ਇਹਦਾ ਕੋਈ ਨਹੀਂ, ਬੰਨਾ ਤੇ ਇਹਨੇ ਨਹੀਂ ਸਾਡਾ, ਇਹਦੇ ਤੋਂ ਪੈਦਾ ਹੋਏ ਸਾਡੇ ਕਿੱਥੋਂ ਬਣ ਜਾਣਗੇ। ਆਖੋ ਸਤਨਾਮ ਲੈ ਵੀ ਐਵੇਂ ਹੀ ਮਾਨ ਕਰੀ ਫਿਰਨੇ ਆ, ਪਤਾ ਨਹੀਂ ਅਸੀਂ ਕੀ ਬਣ ਗਏ। ਮੇਰੇ ਦੋ ਪੁੱਤ, ਮੇਰੇ ਚਾਰ ਪੁੱਤ ਠੀਕ ਹੈ, ਰੱਖਣੇ ਨੇ, ਪਾਲਣੇ ਨੇ, ਸਾਂਭਣੇ ਨੇ, ਪਰ ਇਹ ਗੱਲ ਜ਼ਰੂਰ ਖਿਆਲ ਚ ਰੱਖਣੀ ਹੈ ਵੀ ਇੱਕੋ ਵਾਹਿਗੁਰੂ ਦਾ ਨਾਂ ਹੀ ਹੈ ਜਿਹੜਾ ਨਾਲ ਜਾਣ ਵਾਲਾ ਹੈ। ਜੇ ਗੱਲ ਸਮਝ ਲਈਏ ਬਸ ਕਿਰਪਾ ਹੋ ਗਈ, ਬਣ ਗਏ ਗੁਰਮੁਖ, ਬਣ ਗਏ ਖਾਲਸੇ, ਬਸ ਇਹੀ ਗੱਲ ਸਮਝਣੀ ਹੈ। ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ, ਬਸ ਇੰਨੀ ਗੱਲ ਹੀ ਸਮਝਣੀ ਹੈ ਨਾ, ਹੋਰ ਤੇ ਕੁਛ ਵੀ ਨਹੀਂ। ਇੱਥੇ ਜਿਹਨੂੰ ਸੱਚ ਸਮਝਣੇ ਆ ਨਾ, ਮਹਾਰਜ ਕਹਿੰਦੇ ਨੇ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ, ਇਹ ਤੇ ਸੁਪਨੇ ਵਰਗਾ ਹੈ। ਸੁਪਨਾ ਵੇਖੋ ਕਮਾਲ ਦੀ ਬਾਤ ਹੈ, ਸੁਪਨਾ ਜਿਹੜੀ ਜ਼ਿੰਦਗੀ ਲੰਘ ਜਾਂਦੀ ਹੈ ਉਹ ਸੁਪਨਾ ਬਣ ਜਾਂਦੀ ਹੈ। ਜਿਨ੍ਹਾਂ ਦੇ ਵਿਆਹ ਹੋਏ ਨੇ ਇੱਕ ਸੁਪਨੇ ਵਾਂਗੂ ਯਾਦ ਹੀ ਨੇ, ਜਿਵੇਂ ਇੱਕ ਸੁਪਨੇ ਦੀ ਯਾਦ ਸਾਡੇ ਜਿਹਨ ਵਿੱਚ ਹੈ, ਰਾਤ ਇੱਕ ਸੁਪਨਾ ਆਇਆ ਸਾਡੇ ਦਿਮਾਗ 'ਚ ਹੈ, ਇਸੇ ਤਰ੍ਹਾਂ ਪਿਛਲੀ ਲੰਘੀ ਉਮਰ ਵੀ ਇੱਕ ਸੁਪਨੇ ਵਾਂਗੂ ਯਾਦ ਹੈ। ਜਿਹੜੀ ਜ਼ਿੰਦਗੀ ਲੰਘ ਜਾਂਦੀ ਹੈ ਉਹ ਸੁਪਨਾ ਬਣ ਜਾਂਦੀ ਹੈ। ਜਿਹੜੇ 20 ਸਾਲ ਦੇ ਨੇ ਉਹਨਾਂ ਦੇ ਪਿਛਲੇ 20 ਸਾਲ ਸੁਪਨਾ ਬਣ ਗਏ ਨੇ, ਸੁਪਨੇ ਵਾਂਗੂ ਯਾਦ ਨੇ, ਬਸ ਹੋਰ ਕੱਖ ਨਹੀਂ। ਜਿਹੜਾਂ ਦੀ 100 ਸਾਲ, ਜਿਨ੍ਹਾਂ ਦੀ 50-60 ਸਾਲ ਦੀ ਉਮਰ ਹੋ ਗਈ ਹੈ ਉਹਨਾਂ ਦੇ ਪਿਛਲੇ 50-60 ਸਾਲ ਸੁਪਨਾ ਬਣ ਗਏ ਨੇ। ਲੰਘ ਗਿਆ ਸਮਾਂ, ਸੁਪਨਾ ਬਣ ਰਿਹਾ ਹੈ, ਖਤਮ ਹੋ ਰਿਹਾ ਹੈ। ਇਸੇ ਕਰਕੇ ਮਹਾਰਾਜ ਸਾਹਿਬ ਨੇ ਆਖਿਆ ਹੈ, ਕਿਉਂ ਸੱਚ ਸੱਚ ਮੰਨੀ ਬੈਠਾ ਹੈ, ਇਹ ਤਾਂ ਜੱਗ ਸੁਪਨੇ ਦੀ ਨਿਆਈ ਹੈ। ਸੁਪਨੇ ਵਰਗਾ ਜਿਹਨੂੰ ਮੰਨਾ ਸੱਚ ਜਾਣਦਾ, ਇਹ ਤਾਂ ਜੱਗ ਸੁਪਨੇ ਦੀ ਨਿਆਈ ਹੈ। ਜਿਹਨੂੰ ਮੰਨਾ ਸੱਚ
दरगाही खर्चा वाटा ने दूर दिया फतेया वाटा ने दूर दिया पल्ले भंगना पल्ले भंगना दरगाही खर्चा पल्ले भंगना पल्ले भंगना दरगाही खर्चा वो वाटा ने दूर दिया फतेया फतेया वाटा ने दूर दिया भंगना दरगाही तपत बहु काम तह हर के नाम की तुम ऊपर शाह कहंदे एक वाहिगुरु परमेश्वर दा नाम ही है गुरमुखो जेड़ा उथे शाह करदा है सारी उम्र साडी इदां ही लंघ जांदी है साहिब गुरु गोबिंद सिंह जी दी उम्र शरीर करके 41 साल 9 महीने 15 दिन दी सी 41 साल 9 महीने 15 दिन ਇੰਨੇ ਸਮੇਂ ਵਿੱਚ ਸੱਚੇ ਪਾਤਸ਼ਾਹ ਨੇ ਵੇਖੋ ਕਿੱਡੇ ਕਿੱਡੇ ਵੱਡੇ ਕਾਰਨਾਮੇ ਕੀਤੇ ਇੰਨੇ ਸਮੇਂ ਵਿੱਚ ਕੀ ਕੁਛ ਕਰ ਵਿਖਾਇਆ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੱਚੇ ਪਾਤਸ਼ਾਹ ਨੇ ਇੰਨੇ ਸਮੇਂ ਵਿੱਚ ਕਿੱਡੇ ਕਿੱਡੇ ਵੱਡੇ ਪਰਉਪਕਾਰ ਕੀਤੇ ਕਿੱਡੇ ਕਿੱਡੇ ਵੱਡੇ ਫੈਸਲੇ ਲਏ ਪੌਣੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਦਿੱਲੀ ਵਿੱਚ ਸ਼ਹੀਦ ਹੋਣ ਵਾਸਤੇ ਭੇਜ ਦਿੱਤਾ ਕਿਸੇ ਦੀ ਮਾਂ ਵਿਧਵਾ ਨਾ ਹੋਵੇ ਹੋਵੇ ਨਾ ਅਨਾਥ ਜੱਗ ਤੇ ਆਏ ਸੀ ਨਾ ਫਰਿਆਦ ਲੈ ਕੇ ਹਿੰਦੂ ਕਹਿੰਦੇ ਸੀ ਆ ਕੇ ਜੀ ਸਾਡੀ ਧਰਮ ਦੀ ਰੱਖਿਆ ਕਰੋ ਸਾਡੇ ਸਿਰ ਤੇ ਬੋਦੀਆਂ ਨਹੀਂ ਰਹਿਣੀਆਂ ਸਾਡੇ ਜੰਜੂ ਨਹੀਂ ਰਹਿਣੇ ਤੁਸੀਂ ਲਾਜ ਰੱਖੋ ਤੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਤੁਰਨ ਦਾ ਫੈਸਲਾ ਲਿਆ ਗੋਬਿੰਦ ਰਾਏ ਜੀ ਚੁੱਪ ਕਰਕੇ ਬੈਠੇ ਨੇ ਕਹਿੰਦੇ ਨੇ ਜੀ ਇਹ ਕਿਉਂ ਆਏ ਨੇ ਲਾਲ ਜੀ ਤਿਲਕ ਤੇ ਜੰਜੂ ਖਤਰੇ 'ਚ ਪੈ ਗਿਆ ਤਾਂ ਆਏ ਨੇ ਇਹਨਾਂ ਦਾ ਧਰਮ ਕਿਵੇਂ ਬਚ ਸਕਦਾ ਹੈ ਔਰੰਗਜ਼ੇਬ ਅਤਿਆਚਾਰ ਕਰ ਰਿਹਾ ਹੈ ਕਿਵੇਂ ਬਚ ਸਕਦਾ ਧਰਮ ਉਹ ਕਹਿੰਦੇ ਜੀ ਬਚ ਸਕਦਾ ਹੈ ਜੇ ਕੋਈ ਔਲੀਆ ਅਵਤਾਰ ਪੀਰ ਪੈਗੰਬਰ ਆਪਣੇ ਆਪ ਦਾ ਬਲੀਦਾਨ ਦੇਵੇ ਗੋਬਿੰਦ ਰਾਏ ਜੀ ਪੌਣੇ 9 ਸਾਲ ਦੀ ਉਮਰ 'ਚ ਕਹਿੰਦੇ ਨੇ ਤੁਹਾਡੇ ਤੋਂ ਵੱਡਾ ਪੀਰ ਅਵਤਾਰ ਕੌਣ ਹੋਏਗਾ ਜੇ ਮੈਂ ਅਰਜ਼ ਕਰਦਾ ਹੁੰਦਾ ਦਿੱਲੀ ਵਾਲਿਓ ਤੁਸੀਂ ਸਭ ਜਾਣਦੇ ਹੋ ਟੈਰ ਪਾ ਪਾ ਕੇ ਗਲਾਂ 'ਚ ਸਿੱਖ ਸਾੜੇ ਗਏ ਨੇ ਘਰ ਫੂਕੇ ਗਏ ਨੇ ਧਿਆਨ ਦੇਣਾ ਜ਼ਰਾ ਮੇਰੀ ਗੱਲ ਸੁਣ ਲਓ ਪਹਿਲਾਂ ਜਕਾਰੇ ਫਿਰ ਲਾਓ ਟੈਰ ਪਾ ਪਾ ਕੇ ਫੂਕੇ ਗਏ ਨੇ ਅਜੇ ਤੱਕ ਉਹ ਜ਼ਖਮ ਅੱਲੇ ਨੇ ਸਿੱਖਾਂ ਦੇ ਅਜੇ ਨਹੀਂ ਭਰੇ ਤੁਹਾਡੀਆਂ ਕਲੋਨੀਆਂ ਇੱਥੇ ਉਹ ਨੇ ਜਿਹੜੀਆਂ ਉਹ ਬੀਬੀਆਂ ਵਿਧਵਾਵਾਂ ਜਿਹੜੇ ਉਸ ਸਮੇਂ ਦੇ ਕਤਲੇਆਮ ਹੋਇਆ ਸਭ ਜਾਣਦੇ ਹੋ ਪਰ ਕਿਤੇ ਉਹ ਸਾੜਨ ਵਾਲੇ ਉਸ ਵੇਲੇ ਸੋਚ ਲੈਂਦੇ ਵੀ ਜੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਕੁਰਬਾਨੀ ਨਾ ਕਰਦੇ ਮੰਦਰਾਂ 'ਚ ਟੱਲੀਆਂ ਨਹੀਂ ਸਨ ਵੱਜਣੀਆਂ ਇਹ ਸਭ ਗੋਬਿੰਦ ਰਾਏ ਜੀ ਨੂੰ ਆਖਿਆ ਕਹਿੰਦੇ ਤੂੰ ਅਨਾਥ ਹੋ ਜਾਏਗਾ ਪੁੱਤਰਾ ਮੈਂ ਚੱਲਿਆ ਤੂੰ ਅਨਾਥ ਹੋ ਜਾਏਗਾ ਤੇਰੀ ਮਾਂ ਵਿਧਵਾ ਹੋ ਜਾਏਗੀ ਵੇਖੋ ਗੋਬਿੰਦ ਰਾਏ ਜੀ ਦਾ ਜਿਗਰਾ ਸਾਡੇ ਕਲਗੀਧਰ ਪਿਤਾ ਦਾ ਜਿਗਰਾ ਮੈਂ ਤੇ ਬੜਾ ਦੁੱਖ ਨਾਲ ਅੱਜੇ ਬਦਕਿਸਮਤੀ ਸਾਡੀ ਅੱਜ ਨਕਲੀ ਪਿਤਾ ਬਣਾਈ ਫਿਰਦੇ ਨੇ ਸਰਸੇ ਵਾਲੇ ਨੂੰ ਪਿਤਾ ਜੀ ਕਹਿੰਦੇ ਫਿਰਦੇ ਨੇ ਸਿੱਖ ਤੁਸੀਂ ਸਾਰਾ ਕੁਝ ਵੇਖ ਲਿਆ
ਬੜਾ ਕੁਝ ਵੇਖਿਆ ਤੁਸੀਂ ਸਾਰਾ ਜਾਣਦੇ ਹੋ ਮੀਡੀਏ ਵਿੱਚ ਆਉਂਦਾ ਰਿਹਾ ਕੀ ਕੁਝ ਉਹਨਾਂ ਨੇ ਕੀਤਾ ਸਤਿਗੁਰੂ ਸਾਹਿਬ ਦੀ ਨਰਾਦਰੀ ਬੇਅਦਬੀ ਕੀਤੀ ਵੇਖੋ ਸਾਡਾ ਪਿਤਾ ਕਿਹੋ ਜਿਹਾ ਸੀ ਪੌਣੇ 9 ਸਾਲ ਦੀ ਉਮਰ ਵਿੱਚ ਗੋਬਿੰਦ ਰਾਏ ਜੀ ਕਹਿੰਦੇ ਨੇ ਮਹਾਰਾਜ ਜੇ ਮੇਰੇ ਅਨਾਥ ਹੋਣ ਨਾਲ ਲੱਖਾਂ ਹਿੰਦੂਆਂ ਦੇ ਬੱਚੇ ਅਨਾਥ ਹੋਣੋਂ ਬਚ ਜਾਣਗੇ ਮੈਨੂੰ ਅਨਾਥ ਹੋ ਜਾਣ ਦਿਓ ਤੇ ਮੇਰੀ ਮਾਂ ਦੇ ਵਿਧਵਾ ਹੋਣ ਨਾਲ ਲੱਖਾਂ ਬੀਬੀਆਂ ਵਿਧਵਾ ਹੋਣੋਂ ਬਚ ਜਾਣਗੀਆਂ ਨਾ ਤੇ ਕੋਈ ਗੱਲ ਨਹੀਂ ਮੇਰੀ ਮਾਂ ਨੂੰ ਵਿਧਵਾ ਹੋ ਜਾਣ ਦਿਓ ਕਿੱਥੋਂ ਕਿੱਥੋਂ ਲੱਭਾਂਗੇ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਸਾਡੇ ਚ ਕੱਖ ਨਹੀਂ ਸਾਡੇ ਪੱਲੇ ਕੱਖ ਨਹੀਂ ਜਿਵੇਂ ਸੁਣਦੇ ਸੋ ਪਏ ਜਦ ਮੈਂ ਵੇਖਾਂ ਆਪਣੇ ਵੱਲੇ ਤਾਂ ਕੁਝ ਨਹੀਂ ਮੇਰੇ ਪੱਲੇ ਜਦ ਮੈਂ ਵੇਖਾਂ ਸਤਿਗੁਰ ਵੱਲੇ ਤਾਂ ਹੋਈ ਬੱਲੇ ਬੱਲੇ ਜਦੋਂ ਅਸੀਂ ਆਪਣੇ ਸਤਿਗੁਰੂ ਵੱਲ ਵੇਹਨੇ ਆ ਨਾ ਗੁਰਮੁਖੋ ਗੱਲ ਤੁਰੇ ਸਾਡਾ ਤੇ ਭੱਠਾ ਬੈਠਾ ਪਿਆ ਸਾਡੇ ਪੱਲੇ ਹੁਣ ਕੱਖ ਨਹੀਂ ਰਿਹਾ ਨਾ ਬੰਦਗੀ ਨਾ ਕਮਾਈ ਨਾ ਸਿਮਰਨ ਸਾਡੇ ਕੋਲ ਤੇ ਬਸ ਦਾੜੀਆਂ ਰਹਿ ਗਈਆਂ ਨੇ ਕੱਲੀਆਂ ਉਹ ਵੀ ਥੋੜਿਆਂ ਕੋਲ ਹੀ ਨੇ ਉਹ ਵੀ ਜਾ ਰਹੀਆਂ ਨੇ ਹੌਲੀ ਹੌਲੀ ਪੱਗ ਬੰਨ ਲਈ ਮਾੜਾ ਮੋਟਾ ਜਿਹਾ ਬਸ ਚੰਗੀ ਤਰ੍ਹਾਂ ਫਿਸਕੋ ਲਾ ਲਈ ਤੇ ਬੜੇ ਅਸੀਂ ਬਣ ਗਏ ਵੱਡੇ ਸਾਡੇ ਕੋਲ ਤੇ ਇਹੀ ਰਹਿ ਗਿਆ ਹੁਣ ਕਮਾਈਆਂ ਤੇ ਗੁਰੂ ਗੋਬਿੰਦ ਸਿੰਘ ਦੀਆਂ ਖਾ ਰਹੇ ਹਾਂ ਹੋਰ ਕੁਛ ਨੀ ਸਾਡੇ ਪੱਲੇ ਪੱਗਾਂ ਵਾਲੇ ਅੱਜ ਕਿੱਡੇ ਕਿੱਡੇ ਅਹੁਦਿਆਂ ਤੇ ਬੈਠੇ ਨੇ ਰਾਜ ਭਾਗ ਹੈ ਪੱਗਾਂ ਵਾਲਿਆਂ ਦੇ ਕੋਲ ਕੌਣ ਪੁੱਛਦਾ ਸੀ ਸਿੱਖਾਂ ਨੂੰ ਇੱਕ ਮੁਰਗੇ ਦੇ ਬਦਲੇ ਵੇਚ ਦਿੰਦੇ ਸੀ ਸਿੱਖ ਨੂੰ ਮੁਰਗੇ ਦੇ ਬਦਲੇ ਸਿੱਖ ਨੂੰ ਵੇਚ ਦਿੰਦੇ ਸੀ ਪਰ ਮਹਾਰਾਜ ਨੇ ਆਖਿਆ ਮੈਂ ਇਹਨਾਂ ਨੂੰ ਸਰਦਾਰ ਬਣਾ ਮੈਂ ਸਰਦਾਰ ਬਣਾਵਾਂਗਾ ਜਿਨ ਕੀ ਜਾਤ ਵਰਨ ਕੁਲ ਮਾਹੀ ਸਰਦਾਰੀ ਨਾ ਭਈ ਕਤਾਹੀ ਇਨਹੀਂ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ ਮੈਂ ਇਹਨਾਂ ਨੂੰ ਸਰਦਾਰ ਬਣਾਵਾਂਗਾ ਮੈਂ ਰਾਜੇ ਬਣਾਵਾਂਗਾ ਮੈਂ ਕਿਸੇ ਪਾਲਟੀ ਦੀ ਗੱਲ ਨਹੀਂ ਕਰਦਾ ਮੈਨੂੰ ਪਾਲਟੀ ਨਾਲ ਨਾ ਜੋੜਿਆ ਜੇ ਪਿਆਰਿਓ ਸਾਡਾ ਕਿਸੇ ਪਾਲਟੀ ਨਾਲ ਸੰਬੰਧ ਨਹੀਂ ਪਰ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਜੇ ਹਿੰਦੁਸਤਾਨ ਦਾ ਰਾਜਾ ਤੇ ਹੈ ਤੇ ਇੱਕ ਪੱਗ ਵਾਲਾ ਹੈ ਨਾ ਕਸਰ ਤੇ ਨਹੀਂ ਛੱਡੀ ਕਲਗੀਆਂ ਵਾਲੇ ਨੇ ਜਿਹੜੇ ਬੰਦਿਆਂ ਨੂੰ ਪੁੱਛਦਾ ਹੀ ਕੋਈ ਨਹੀਂ ਸੀ ਉਹ ਪਗੜੀਆਂ ਵਾਲੇ ਕਿੱਥੇ ਕਿੱਥੇ ਬਹਾਦਰ ਮਹਾਰਾਜ ਨੇ ਵੱਡੇ ਵੱਡੇ ਅਹੁਦੇ ਮਿਲਟਰੀ ਦਾ ਸਭ ਤੋਂ ਵੱਡਾ ਆਫੀਸਰ ਉਹ ਪੱਗ ਵਾਲਾ ਹੈ ਆਰਮੀ ਵਿੱਚ ਹੋਰ ਵੀ ਜਿੱਥੇ ਪੁਲਿਸ ਵਾਲੇ ਵੇਖੋ ਉਹ ਵੀ ਸਭ ਤੋਂ ਉੱਪਰ ਪੱਗ ਵਾਲਾ ਦਸਤਾਰਾਂ ਤੋਂ ਜਿਹੜੇ ਬੱਚੇ ਸਾਡੇ ਕੰਨੀਆਂ ਕਤਰਾਉਂਦੇ ਨੇ ਮੈਂ ਤੇ ਤੁਹਾਨੂੰ ਚੇਤਾ ਆ ਗਿਆ ਮੈਨੂੰ ਜਿੰਨੇ ਮੁੰਡੇ ਤੁਹਾਡੇ 'ਚ ਨੌਜਵਾਨ ਨੇ ਦਸਤਾਰਾਂ ਸਜਾਇਆ ਕਰੋ ਪਟਕਿਆਂ ਦੀ ਉਮਰ ਹੁੰਦੀ ਹੈ ਕੋਈ ਪਟਕੇ ਦੀ ਉਮਰ ਹੈ ਪਟਕਾ ਬੰਨੋ 10 ਸਾਲ ਤੱਕ ਬੰਨੋ 12 ਤੱਕ ਬੰਨੋ ਹੱਦ ਚਲੋ 15 ਤੱਕ ਵੀ ਬੰਨੋ ਮੈਂ ਵੇਖਿਆ ਇੱਥੇ 20-20 ਸਾਲ ਦੇ ਵੀ ਪਟਕੇ ਬੰਨੀ ਫਿਰਦੇ ਦਸਤਾਰਾਂ ਸਜਾਇਆ ਕਰੋ ਸਿਰਾਂ 'ਤੇ ਪਟਕਿਆਂ ਦੇ ਨਾਲ ਦਸਤਾਰਾਂ ਸ਼ੁਰੂ ਕਰੋ ਲਓ ਅਰਜ਼ ਕਰਦਾ ਸਾਂ ਕਿ ਕਿੱਥੇ ਪੱਗਾਂ ਵਾਲੇ ਪਗੜੀਆਂ ਵਾਲੇ ਪੁੱਛਦਾ ਕੌਣ ਸੀ ਜਿਨ੍ਹਾਂ ਨੂੰ ਅਸੀਂ ਤਿਲਾਂਜਲੀ ਦੇ ਰਹੇ ਹਾਂ ਅੱਜ ਸਿੱਖੀ ਸਰੂਪ ਮਹਾਰਾਜ ਨੇ ਜਿਹੜਾ ਸਾਨੂੰ ਬਖਸ਼ਿਆ ਕਿੱਥੇ ਕਿੱਥੇ ਤੱਕ ਪਹੁੰਚਾ ਦਿੱਤਾ ਸਾਡੇ ਪੱਲੇ ਤੇ ਹੈ ਹੀ ਕੱਖ ਨਹੀਂ ਗੱਲ ਤੁਰੇ ਕਲਗੀਆਂ ਵਾਲੇ ਦੀ ਗੱਲ ਤੁਰੇ ਕਲਗੀਆਂ ਵਾਲੇ ਦੀ ਕਲਗੀਆਂ ਵਾਲੇ ਦੀ ਗੱਲ ਤੁਰੇ ਕਲਗੀਆਂ ਵਾਲੇ ਦੀ ਗੱਲ ਤੁਰੇ ਕਲਗੀਆਂ ਵਾਲੇ ਦੀ ਗੱਲ ਤੁਰੇ ਕਲਗੀਆਂ ਵਾਲੇ ਦੀ ਸਿਰ ਉੱਚਾ ਫਕਰ ਨਾਲ ਹੋ ਜਾਵੇ ਗੱਲ ਤੁਰੇ ਕਲਗੀਆਂ ਵਾਲੇ ਤੁਰੇ ਕਲਗੀਆਂ ਵਾਲੇ ਉੱਚਾ ਫਕਰ ਨਾਲ ਹੋ ਜਾਵੇ ਗੱਲ ਤੁਰੇ ਕਲਗੀਆਂ ਵਾਲੇ ਦੀ ਗੱਲ ਤੁਰੇ ਕਲਗੀਆਂ ਵਾਲੇ ਦੀ ਫਿਰ ਉੱਚਾ ਫਕਰ ਨਾਲ ਹੋ ਜਾਵੇ ਗੱਲ ਤੁਰੇ ਕਲਗੀਆਂ ਵਾਲੇ ਦੀ ਗੱਲ ਤੁਰੇ ਕਲਗੀਆਂ ਵਾਲੇ ਦੀ ਕਰ ਅੰਦਰੋਂ ਬਾਜਾ ਮਾਰੀਏ ਅੱਜ ਵੀ ਜੇ ਸ਼ਰਧਾ ਬਣਾ ਲਈਏ ਨਾ ਜੇਕਰ ਅੰਦਰੋਂ ਵਾਜਾ ਮਾਰੀਏ ਕਲਗੀਆਂ ਵਾਲੇ ਦੀ ਸਾਹਮਣੇ ਨਾ ਹੋ ਨਾ ਵੇ ਗੱਲ ਤੁਰੇ ਕਲਗੀਆਂ
सारी जिंदगी आ मेरा पुत आ मेरी धी आ मेरा फलाना रिश्तेदार आ मेरा फलाना रिश्तेदार आ मेरा दोस्त आ मेरा मित्र असी किन्नी दुनिया नू पछाण दे रहे मर जांगे एक दिन मड़ियां चा तुहाडे ते हुण ओ इलेक्ट्रॉनिक हो गया ना सिस्टम साड़न वाला भी बटन नप देणगे सुभा बन जांगे एक दिन ਇਦਾਂ ਹੀ ਇੱਕ ਦਿਨ ਸੜ ਜਾਣਾ ਸਰੀਰ ਬਦਕਿਸਮਤੀ ਇਹ ਆ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਪਛਾਣ ਹੀ ਨਹੀਂ ਸਕੇ ਸਾਡੀ ਬਦਕਿਸਮਤੀ ਇਹ ਆ ਸਿੱਖ ਹੋਏ ਵੀ ਪੈਦਾ ਵੀ ਹੋਏ ਰਵਿੰਦਰ ਨਾਥ ਟੈਗੋਰ ਵਰਗੇ ਵਿਦਵਾਨ ਅੰਮ੍ਰਿਤਸਰ ਜਾਂਦੇ ਨੇ ਮੱਥਾ ਟੇਕਦੇ ਨੇ ਸਿਰਫ 15 ਮਿੰਟ ਦਾ ਟਾਈਮ ਸੀ ਦਰਬਾਰ ਸਾਹਿਬ ਕੀਰਤਨ ਸੁਣਨਾ ਹੈ ਜਦੋਂ ਦਰਬਾਰ ਸਾਹਿਬ ਟੇਕਿਆ ਮੱਥਾ ਹੁਣ ਵਿਦਵਾਨ ਸਨ ਗਿਆਨ ਸੀ ਅੰਦਰ ਕੋਈ ਬਖਸ਼ਿਸ਼ ਸੀ ਤਾਂ ਹੀ ਨਾ ਚਮਕਦਾ ਹੈ ਅੰਦਰ ਕਿਰਪਾ ਸੀ ਕੋਈ ਨਾ ਅੰਦਰ ਦੀ ਗੱਲ ਵੀ ਸੀ ਤੇ ਅੰਮ੍ਰਿਤਸਰ ਵਰਤਨ ਵਾਲੀ ਕਲਾ ਸਮਝ ਆਈ ਆਪਣੇ ਪੀਏ ਨੂੰ ਸੈਕਟਰੀ ਨੂੰ ਆਂਦੇ ਨੇ ਮੈਨੂੰ ਦੱਸ ਇੱਥੇ ਬਹਿਣ ਦਾ ਟਾਈਮ ਕਿੰਨਾ ਹੈ ਕਹਿੰਦਾ ਜੀ 15 ਮਿੰਟ ਲਿਆ ਡਾਇਰੀ ਲਿਆਂਦੀ ਤਿੰਨ ਦਿਨਾਂ ਦੀਆਂ ਪ੍ਰੋਗਰਾਮਾਂ ਤੇ ਕਾਟੀਆਂ ਮਾਰ ਦਿੱਤੀਆਂ ਮੈਂ ਨਹੀਂ ਕਿਤੇ ਜਾਣਾ ਦਰਬਾਰ ਸਾਹਿਬ ਬਹਿ ਕੇ ਕੀਰਤਨ ਸੁਣਨਾ ਤਿੰਨ ਦਿਨ ਦਰਬਾਰ ਸਾਹਿਬ ਬੈਠੇ ਰਹੇ ਤਿੰਨ ਦਿਨ ਦਰਬਾਰ ਸਾਹਿਬ ਬੈਠੇ ਰਹੇ ਕੀਰਤਨ ਸੁਣਿਆ ਤਿੰਨਾਂ ਦਿਨਾਂ ਬਾਅਦ ਜਾਣ ਲੱਗੇ ਕਹਿੰਦੇ ਨੇ ਮੈਂ ਅਰਦਾਸ ਕਰਕੇ ਚੱਲਿਆ ਇੱਥੇ ਕੀ ਜੇ ਅਗਲਾ ਜਨਮ ਹੋਵੇ ਤੇ ਸਿੱਖਾਂ ਦੇ ਘਰ 'ਚ ਹੋਵੇ